विदेशों की राजनीति में पंजाब के लोगों का बोलबाला एक बड़े स्तर के बाद अब निचले स्तर पर आना शुरू हो गया। आलम यह है कि अंग्रेजों के देश इंग्लैंड में पंजाबी लोग आम जनता की समस्या को हल करने के लिए राजनीति में गए हैं। इस बीच अमृतसर के रहने वाले राजवीर सिंह इंग्लैंड के बड़े शहर बर्मिंघम में एक पार्षद के तौर चुना गया। साथ ही इसके बारे में उसके घर वालों में खुशी की लहर है। दरअसल अमृतसर में रहने वाला यह युवक चंडीगढ़ यूनिवर्सिटी से एमए इंग्लिश करने के बाद इंग्लैंड में उच्च विद्यालय हासिल करने के लिए गया था, लेकिन इस बीच जनता की समस्याओं का हल करने का एक मन उसके मन में था, जिसके चलते आज वह एक पार्षद के तौर पर काम कर रहा है। साथ ही उसके पिता का कहना है कि उसने काफी मेहनत की है। साथ ही वह एक बड़ी कंपनी में एक मार्केटिंग हेड के तौर पर काम करता है, लेकिन इस बीच उसे अपनी पार्टी की तरफ से पार्षद की टिकट मिली और उसने इस मामले में जीत हासिल की। 2004 ਵਿੱਚ ਸਟੱਡੀ ਬੇਸ ਤੇ ਯੂਕੇ ਗਿਆ। ਉੱਥੇ ਪਹਿਲਾਂ ਜਾ ਕੇ ਉਹਨੇ MCA ਮਾਰਕੀਟਿੰਗ ਦੀ ਕੀਤੀ। ਚੰਗੀ ਤਰ੍ਹਾਂ ਯੂਨੀਵਰਸਿਟੀ ਬਰਮਿੰਘਮ ਯੂਨੀਵਰਸਿਟੀ ਤੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ। ਫਿਰ ਉੱਥੇ ਡਿਪਾਰਟਮੈਂਟਲ ਸਟੋਰ ਜਿਵੇਂ ਆਸਤਾ ਵਗੈਰਾ, ਉੱਥੇ ਬਤੌਰ ਮੈਨੇਜਰ ਵੀ ਡਿਊਟੀ ਕਰਦਾ ਰਿਹਾ। ਫਿਰ ਉਹਨੂੰ ਆਪਣਾ ਹੀ ਸ਼ੌਂਕ ਹੋ ਗਿਆ, ਫਿਰ ਡਿਪਾਰਟਮੈਂਟਲ ਸਟੋਰ ਉਹਨੇ ਆਪਣਾ ਬਣਾ ਲਿਆ। ਉਹਦੇ ਵਿੱਚ ਮੇਰੇ ਦੋ ਬੇਟੇ ਨੇ, ਵੱਡਾ ਬੇਟਾ ਰਾਜਵੀਰ ਅਤੇ ਛੋਟਾ ਬੇਟਾ ਮਨਵੀਰ ਸਿੰਘ। ਇਹ ਦੋਨੇ ਹੀ ਉੱਥੇ ਆਪਣਾ ਡਿਪਾਰਟਮੈਂਟ ਸਟੋਰ ਚਲਾ ਰਹੇ ਨੇ। ਅਤੇ ਅਸਲ ਮਹੀਨਿਆਂ 'ਚ ਇਹਦਾ ਇਹਦੇ 'ਚ ਸਿਆਸਤ ਵਿੱਚ ਚੱਲਣ ਦਾ ਬੜਾ ਮਨ ਸੀ, ਕਾਲਜ ਵਿੱਚ ਵੀ, ਸਕੂਲ ਵਿੱਚ ਵੀ। ਅਤੇ ਉਸ ਮਨ ਦੇ ਮੁਤਾਬਕ ਇਹ ਹੁਣ ਉੱਥੇ ਦੀ ਸਿਆਸਤ ਵਿੱਚ ਕੌਂਸਲਰ ਸੀਟ ਤੋਂ ਸਕਸੈਸਫੁਲ ਹੋਇਆ, ਜਿਹਦੇ ਵਿੱਚ ਚੰਗੀ ਲੀਡਿੰਗ ਲੀਡ 'ਤੇ ਕੌਂਸਲਰ ਦੀ ਸੀਟ ਇਹਨੇ ਜਿੱਤੀ ਆ। ਅਤੇ ਹੁਣ ਉੱਥੇ ਆਪਣੇ ਪਰਿਵਾਰ ਸਮੇਤ ਉੱਥੇ ਸੈਟਲ ਸਾਰੀ ਤਰੱਕੀ ਕੀਤੀ ਆ। ਉੱਥੇ ਜਾ ਕੇ ਆਪਣੇ ਆਪ ਨੂੰ ਇੰਨਾ ਮਹਾਨ ਬਣ ਕੇ ਦਿਖਾਇਆ ਸਾਰਿਆਂ ਲਈ। ਇਹ ਸਭ ਜੇ ਸੋਚ ਅੱਛੀ ਹੋਵੇ ਤਾਂ ਸਾਰੀ ਇਹ ਕੁਛ ਕਰ ਸਕਦੇ। ਛੋਟੇ ਹੁੰਦਿਆਂ ਇਹਨੂੰ ਇੰਗਲੈਂਡ ਨਾਲ ਬਹੁਤ ਲਗਾਓ ਸੀ। ਜਦੋਂ ਵੀ ਦਰਬਾਰ ਸਾਹਿਬ ਜਾਂਦਾ ਹੁੰਦਾ ਸੀ ਗੋਰਿਆਂ ਨੂੰ ਕਈ ਵਾਰ ਘਰ ਲੈ ਆਉਂਦਾ, ਉਦੋਂ ਅਸੀਂ ਪੁਲਿਸ ਦੇ ਕੁਆਟਰਾਂ 'ਚ ਰਹਿੰਦੇ ਹੁੰਦੇ ਸੀ। ਮਤਲਬ ਕਿ ਇਹਨੇ ਉਹਨਾਂ ਨੂੰ ਘਰ ਲਿਆ ਕੇ ਉਹਨਾਂ ਨਾਲ ਵਧੀਆ ਉੱਧਰ ਦੀ ਜਿਸ ਤਰ੍ਹਾਂ ਬੋਲੀ ਸੀ ਗੱਲਾਂ ਕਰਨੀਆਂ। ਹਾਲੇ ਕਿ ਛੋਟੀ ਜਿਹੀ ਉਮਰ ਸੀ ਉਹਦੀ, 12 ਸਾਲ ਦਾ ਸੀ ਉਦੋਂ। ਅੰਮ੍ਰਿਤਸਰ ਸੇ ਕੈਮਰਾਮੈਨ ਦੀਪਕ ਬਜਾਜ ਕੇ ਸਾਥ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।